ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਇਸ ਸਮੇਂ ਖੜੇ ਆਪਾਂ ਚਮਕੌਰ ਸਾਹਿਬ ਦੇ ਵਿੱਚ ਚਮਕੌਰ ਸਾਹਿਬ ਦਾ ਇਹ ਗੁਰਦੁਆਰਾ ਸਾਹਿਬ ਹੈ ਜੀ ਇਹ ਦਮਦਮਾ ਸਾਹਿਬ ਦਮਦਮਾ ਸਾਹਿਬ ਦਾ ਰਸਥਾਨਾ ਜੀ ਇੱਥੇ ਭੰਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਬਾਅਦ ਗੁਰੂ ਦਾ ਜਿਹੜਾ ਪਰਿਵਾਰ ਵਿਛੋੜਾ ਹੁੰਦਾ ਹੈ ਪਰਿਵਾਰ ਵਿਛੋੜੇ ਤੋਂ ਬਾਅਦ ਰੋਪੜ ਹੁੰਦੇ ਹੋਏ ਕੋਟਲਾ ਨਹਿਂਗ ਹੁੰਦੇ ਹੋਏ ਤੇ ਵੱਡੇ ਸਾਹਿਬਜਾਦਾਂ ਦੇ ਨਾਲ 40 ਸਿੰਘਾਂ ਦੇ ਨਾਲ ਪੰਜ ਪਿਆਰਿਆਂ ਦੇ ਨਾਲ ਬੂਰ ਮਾਜਰਾ ਹੁੰਦੇ ਹੋਏ ਗੁਰੂ ਸਾਹਿਬ ਇਸ ਸਥਾਨ ਤੇ ਪੁੱਜੇ ਸੀਗੇ ਜੀ ਆਓ ਤੁਹਾਨੂੰ ਇਸ ਦੇ ਦਰਸ਼ਨ ਕਰਾਉਂਦੇ ਹਾਂ ਜੀ ਇਹ ਹੈ ਜੀ ਦਮਦਮਾ ਸਾਹਿਬ ਪਹੁੰਚੇ ਗ੍ਰਾਮ ਦੱਛਣੀ ਦਿਸ਼ ਮਾਹੇ ਤਹਾਂ ਬਾਗ ਸੋਭੇ ਰਾ ਸਿੰਘਨ ਸਹਿਤ ਬਰੇ ਇਸ ਅੰਤਰ ਕੀਨਸ ਡੇਰਾ ਸਿੰਘਾਂ ਦੇ ਸਮੇਤ ਇਸ ਜਗ੍ਹਾ ਦੇ ਉੱਪਰ ਗੁਰੂ ਸਾਹਿਬ ਆਉਂਦੇ ਹਨ ਜੀ ਇਹੀ ਇਸੇ ਜਗ੍ਹਾ ਦੇ ਉੱਪਰ ਇੱਕ ਬਾਗ ਸੀ ਜੀ ਰਾਏ ਜਗਸਿਓ ਦੇ ਰੂਪ ਚੰਦਾ ਪਿਓ ਰਾਜਪੂਤ ਸਨ ਉਹਨਾਂ ਦਾ ਬਾਗ ਸੀਗਾ ਇਸ ਬਾਗ ਦੇ ਵਿੱਚ ਗੁਰੂ ਸਾਹਿਬ ਅੱਜ ਤੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਇਸ ਜਗ੍ਹਾ ਦੇ ਉੱਪਰ ਵਿੱਚ ਇੱਕ ਬਾਗ ਹੋਇਆ ਕਰਦਾ ਸੀਗਾ ਜੀ ਤੇ ਗੁਰੂ ਸਾਹਿਬ ਨੇ ਇਸ ਜਗ੍ਹਾ ਦੇ ਵਿੱਚ ਆ ਕੇ ਡੇਰਾ ਲਾਇਆ ਤੇ ਜਿਹੜਾ ਮਤਲਬ ਡੇਰਾ ਲਾਉਣ ਤੋਂ ਪਹਿਲਾਂ ਵੀ ਆ ਕੇ ਇਸ ਜਗ੍ਹਾ ਤੇ ਵਿਸ਼ਰਾਮ ਕੀਤਾ ਥੋੜਾ ਸਮਾਂ ਪਿੱਛੇ ਫੌਜਾਂ ਸੀ ਵਿਸ਼ਰਾਮ ਕਿਹੜਾ ਹੋ ਸਕਦਾ ਸੀਗਾ ਪਰ ਜਿਹੜਾ ਇਸ ਜਗ੍ਹਾ ਦੇ ਉੱਪਰ ਆ ਕੇ ਰੁਕਣਾ ਕੀਤਾ ਤੇ ਸਿੰਘਾਂ ਨੂੰ ਭੇਜਿਆ ਜੋ ਇਥੋਂ ਦਾ ਚੌਧਰੀ ਸੀ ਜਾਂ ਉਸ ਦਾ ਮਾਲੀ ਇੱਥੇ ਇੱਕ ਗੜੀ ਸੀ ਜੀ ਗੜੀ ਦੇ ਵਿੱਚ ਜੋ ਕਿਆ ਸਾਨੂੰ ਵੀ ਇਹ ਜਿਹੜੀ ਸੀ ਜੰਗ ਲੜਨਾ ਔਰ ਸਾਨੂੰ ਗੜੀ ਚਾਹੀਦੀ ਹੈ ਤਾਂ ਉਥੋਂ ਗੁਰੂ ਸਾਹਿਬ ਨੇ ਪੰਜ ਸਿੰਘ ਭੇਜੇ ਔਰ ਪੰਜਾਂ ਸੰਘਾਂ ਜੋ ਰਾਏ ਜਗਤ ਸਿੰਘ ਕੋਲੇ ਗਏ ਤਾਂ ਉਸ ਨੇ ਮੁਗਲ ਫੌਜਾਂ ਤੋਂ ਡਰਦੇ ਹੋਏ ਟਾਲਮਟੋਲ ਕੀਤੀ ਤੇ ਉਹਨਾਂ ਨੇ ਕੀ ਕਿਹਾ ਕਿ ਗੁਰੂ ਸਾਹਿਬ ਦੇ ਕੋਲ ਪੇਸ਼ ਹੋਣ ਦੇ ਲਈ ਮੇਰੇ ਕੋਲੇ ਨਜ਼ਰਾਨਾ ਨਹੀਂ ਹੈ ਕਿ ਮੈਂ ਉਹਨਾਂ ਕੋਲੇ ਪੇਸ਼ ਹੋ ਸਕਦਾ ਮੈਂ ਭੇਟਾ ਨਹੀਂ ਕਰ ਸਕਦਾ ਤਾਂ ਆ ਕੇ ਉਹੀ ਗੱਲ ਸਿੰਘਾਂ ਨੇ ਗੁਰੂ ਸਾਹਿਬ ਨੂੰ ਦੱਸੀ ਤੇ ਫਿਰ ਗੁਰੂ ਸਾਹਿਬ ਨੇ 50 ਮੋਹਰਾਂ ਦੇ ਕੇ ਸਿੰਘਾਂ ਨੂੰ ਭੇਜਿਆ ਉਸ ਦਾ ਜਿਹੜਾ ਛੋਟਾ ਭਰਾ ਸੀ ਰੂਪ ਚੰਦ ਤੇ ਉਸ ਨੇ ਆਪਣਾ ਜਿਹੜਾ ਜ਼ਗੀਰ ਦਾ ਜਿਹੜਾ ਗੜੀ ਦਾ ਆਪਣਾ ਹਿੱਸਾ ਗੁਰੂ ਸਾਹਿਬ ਨੂੰ ਸਮਰਪਿਤ ਕੀਤਾ ਤੇ ਉਸ ਗੜੀ ਦੇ ਵਿੱਚ ਗੁਰੂ ਸਾਹਿਬ ਪਹੁੰਚੇ ਤੇ ਅਗਲੀ ਜਿਹੜੀ ਜੰਗ ਉਸ ਗੜੀ ਦੇ ਵਿੱਚ ਲੜੀ ਗਈ ਜੀ। ਇਹ ਹੀ ਜਿਹੜਾ ਸਥਾਨ ਹੈ। ਇਹ ਸਥਾਨ ਹੈ ਜੋ ਦਮਦਮਾ ਸਾਹਿਬ ਆ ਇਸ ਜਗ੍ਹਾ ਤੇ ਗੁਰੂ ਸਾਹਿਬ ਆਏ ਸਨ ਔਰ ਰੁਕੇ ਸਨ ਜੀ। ਇਸ ਦਾ ਇਹ ਇਤਿਹਾਸ ਹੈ ਜੀ ਗੁਰੂ ਸਾਹਿਬ ਇਸ ਜਗ੍ਹਾ ਤੇ ਦਮਦਮਾ ਮਤਲਬ ਜਿਹੜਾ ਪਹਿਲਾ ਬਾਗ ਦੇ ਵਿੱਚ ਆ ਕੇ ਰੁਕਣਾ ਫਿਰ ਜਿਹੜੀ ਅਗਲੀ ਜਿਹੜੀ ਜੰਗ ਦੀ ਜਿਹੜੀ ਰਣਨੀਤੀ ਹੈ ਜੀ ਤੇ ਉਹ ਚੱਲਦੀ ਹੈ ਜੀ। ਪਹਿਲਾ ਗੁਰੂ ਸਾਹਿਬ ਇਸ ਥਾਂ ਦੇ ਉੱਪਰ ਆ ਕੇ ਰੁਕੇ ਸੰਜੀ ਫਿਰ ਗੁਰੂ ਸਾਹਿਬ ਅੱਗੇ ਜਿਹੜੀ ਜਿਹੜੀ ਉਹ ਗੜੀ ਹੁੰਦੀ ਹੈ ਉਹ ਗੁਰੂ ਸਾਹਿਬ ਨੂੰ ਸਮਰਪਿਤ ਕਰ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਗੁਰੂ ਸਾਹਿਬ 8-8 ਸਿੰਘਾਂ ਦਾ ਜਿਹੜੀਆਂ ਚਾਰੇ ਕੋਨਿਆਂ ਤੇ ਲਾ ਕੇ ਡਿਊਟੀ ਬਾਕੀ ਸਿੰਘਾਂ ਨੂੰ ਨਾਲ ਲੈ ਕੇ ਉੱਪਰ ਜਿਹੜੀ ਟਾਰੀ ਕਿਹਾ ਜਾਂ ਨਾ ਮਤਲਬ ਉੱਚੀ ਜਗ੍ਹਾ ਦੇ ਉੱਪਰ ਜਿਵੇਂ ਬਰਾਂਡਾ ਜਾਂ ਉੱਪਰ ਜਿਹੜੇ ਜਗ੍ਹਾ ਦੇ ਉੱਪਰ ਚੜ ਜਾਂਦੇ ਹਨ ਜੀ ਤੇ ਉਸ ਤੋਂ ਬਾਅਦ ਜਿਹੜਾ ਜੰਗ ਦੀਆਂ ਤਿਆਰੀਆਂ ਹੁੰਦੀਆਂ ਹਨ ਜੀ ਤੇ ਜਿਹੜਾ ਵੱਡਾ ਹੈ ਹੁੰਦਾ ਜਗਤ ਰਾਏ ਹੁੰਦਾ ਜੀ ਤੇ ਇਹ ਜਾ ਕੇ ਖਬਰ ਕਰ ਦਿੰਦਾ ਹੈ ਰੋਪੜ ਦੇ ਵਿੱਚ ਜੋ ਗੁਰੂ ਸਾਹਿਬ ਨੂੰ ਫੌਜਾਂ ਲਾਉਂਦੀਆਂ ਫਿਰਦੀਆਂ ਹਨ ਤੇ ਉਹ ਉਹ ਜਾ ਕੇ ਜਗਸ ਸਿੰਘ ਉਸ ਨੂੰ ਮੁਖਬਰੀ ਕਰ ਦਿੰਦਾ ਹੈ ਜੀ ਆਓ ਤੁਹਾਨੂੰ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਾਉਂਦੇ ਹਾਂ ਜੀ ਫਿਰ ਕਰਦੇ ਹਾਂ ਗੱਲਬਾਤਾਂ ਗੁਰੂ ਸਾਹਿਬ ਫੌਜਾਂ ਨੂੰ ਤਰਨਾਤ ਕਰਕੇ ਫਿਰ ਉਸ ਜਗ੍ਹਾ ਦੇ ਉੱਪਰ ਜੰਗ ਦੀ ਰਣਨੀਤੀ ਹੁੰਦੀ ਹੈ ਤੇ ਜੰਗ ਦੇ ਵਿੱਚ ਦੋਵੇਂ ਵੱਡੇ ਸਹਬਜਾਦੇ ਤਿੰਨ ਪਿਆਰੇ ਪੰਜ ਪਿਆਰਾਂ ਦੇ ਵਿੱਚੋਂ ਤਿੰਨ ਪਿਆਰੇ ਸ਼ਹੀਦ ਹੋ ਜਾਂਦੇ ਹਨ ਜੀ ਤੇ ਬਾਕੀ ਦੇ ਕੋ ਸਿੰਘ ਗੁਰੂ ਸਾਹਿਬ ਨੂੰ ਨੂੰ ਫਰਿਆਦ ਕਰਦੇ ਹਨ ਤੇ ਪੰਜ ਪਿਆਰਾਂ ਦੇ ਰੂਪ ਵਿੱਚ ਗੁਰੂ ਸਾਹਿਬ ਉਸ ਦੀ ਮੰਨ ਕੇ ਪੰਜ ਪਿਆਰਾਂ ਦਾ ਜੋ ਫਰਿਆਦ ਕੀਤੀ ਤੇ ਉਹੋ ਮੰਨ ਕੇ ਗੁਰੂ ਸਾਹਿਬ ਇਸ ਜਿਹੜਾ ਗੜੀ ਹੁੰਦੀ ਉਸ ਨੂੰ ਛੱਡਦੇ ਹਨ ਤੇ ਉਸ ਤੋਂ ਬਾਅਦ ਜਿਹੜਾ ਸਥਾਨ ਹੈ ਜੀ ਅੱਗੇ ਮਾਸੀਵੜਾ ਵਗੈਰਾ ਪਾਪ ਜਾਵਾਂਗੇ ਉਸ ਥਾਂ ਤੇ ਗੁਰੂ ਸਾਹਿਬ ਪਹੁੰਚਦੇ ਹਨ ਤੇ ਇਸ ਜਗ੍ਹਾ ਦੇ ਉੱਪਰ ਗੁਰੂ ਸਾਹਿਬ ਅ ਬੀਬੀ ਸ਼ਰਨ ਕੌਰ ਉਹ ਜਾਂਦੇ ਪਿੰਡ ਰਾਹਪੁਰ ਦੇ ਵਿੱਚ ਡਿਊਟੀ ਲਾ ਕੇ ਜਾਂਦੇ ਹਨ ਕਿ ਜੋ ਸਿੰਘ ਸ਼ਹੀਦ ਹੋਏ ਹਨ ਜਾਂ ਸਾਹਿਬਜਾ ਦੇ ਚੀਤ ਹੋਏ ਹਨ ਤਾਂ ਉਹਨਾਂ ਦਾ ਅੰਤਿਮ ਸੰਸਕਾਰ ਤੁਹਾਡੀ ਜ਼ਿੰਮੇਵਾਰੀ ਹੈ ਉਹ ਬੀਬੀ ਸ਼ਰਨ ਕੌਰ ਉਸ ਜਗ੍ਹਾ ਦੇ ਉੱਪਰ ਆ ਕੇ ਸਾਰੇ ਸਿੰਘਾਂ ਨੂੰ ਇਕੱਤਰ ਕਰਦੀ ਹੈ ਜਿਹੜੇ ਸ਼ਹੀਦ ਹੋਏ ਹੁੰਦੇ ਹਨ ਉਹਨਾਂ ਦਾ ਇੱਕ ਸੰਪੂਰਨ ਤਰੀਕੇ ਦੇ ਨਾਲ ਇੱਕ ਵੱਡਾ ਅੰਗੀਠਾ ਸਜਾ ਕੇ ਉਹਦਾ ਜਿਹੜਾ ਸੰਸਕਾਰ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਜੋ ਉਸ ਨੂੰ ਮੁਗਲ ਫੌਜਾਂ ਘੇਰਨ ਦੀ ਕੋਸ਼ਿਸ਼ ਕਰਨ ਦੀ ਰਾਤ ਦੇ ਵਿੱਚ ਪਤਾ ਚੱਲਦਾ ਵੀ ਕੋਈ ਸੰਸਕਾਰ ਹੋ ਰਿਹਾ ਤਾਂ ਉਸ ਤੋਂ ਬਾਅਦ ਉਹ ਸਿੰਘਾਂ ਨਾਲ ਜਿਹਨਾਂ ਮਤਲਬ ਤੇਰੇ ਫੌਜਾਂ ਨਾਲ ਜੂਝਦੀ ਹੋਈ ਲੜਦੀ ਜਦੋਂ ਫੱਟੜ ਹੋ ਜਾਂਦੀ ਹੈ ਉਹ ਸੰਗੀਟੇ ਦੇ ਵਿੱਚ ਛਾਲ ਮਾਰ ਕੇ ਆਪਣੇ ਆਪ ਨੂੰ ਸਵਾਪਤ ਕਰ ਲੈਂਦੀ ਅਤੇ ਆਪ ਦੀ ਵੀ ਸ਼ਹੀਦੀ ਦਾ ਜਾਮ ਪੀ ਜਾਂਦੀ ਹੈ ਜੀ ਤੇ ਇਹੀ ਜਗ੍ਹਾ ਦੇ ਤਰੀਕੇ ਦੇ ਵਿੱਚ ਇੱਥੇ ਚਾਰ ਪੰਜ ਸਥਾਨ ਬਣੇ ਹੋਏ ਹਨ ਇਤਿਹਾਸਿਕ ਇੱਥੇ ਗੁਰਦੁਆਰਾ ਸਾਹਿਬ ਇਹ ਤੁਸੀਂ ਜਿੱਥੇ ਆਪਾਂ ਖੜੇ ਆਂ ਦਮਦਮਾ ਸਾਹਿਬ ਇੱਕ ਗੁਰਦੁਆਰਾ ਕਤਲਗੜ੍ਹ ਸਾਹਿਬ ਜਿੱਥੇ ਸ੍ਰੀ ਦਾਂ ਸਿੰਘਾਂ ਦਾ ਜਿਹੜਾ ਸੰਸਕਾਰ ਹੋਇਆ ਸੀ ਜੀ ਉਸ ਤੋਂ ਬਾਅਦ ਇੱਕ ਕੱਚੀ ਗੜੀ ਜਿੱਥੇ ਜੰਗ ਦਾ ਜਿਹੜਾ ਸਾਰਾ ਆਗਾਜ਼ ਹੋਇਆ ਸੀ ਜਿੱਥੇ ਜੰਗ ਖੜ ਕੇ ਰਣਨੀਤੀ ਫੌਜਾਂ ਖੜੀਆਂ ਸੀ ਗੁਰੂ ਸਾਹਿਬ ਉੱਥੇ ਗਏ ਸੀ ਕੋ ਜਗਾ ਜੀ ਇੱਕ ਤੇਰੇ ਬੁਰਜ ਜੌਨ ਸਿੰਘ ਜਿਹੜਾ ਗੜੀ ਦਾ ਇੱਕ ਮੇਨ ਦਰਵਾਜ਼ਾ ਹੁੰਦਾ ਉਸ ਨੂੰ ਬੁਰਜ ਦਾ ਰੂਪ ਹੁੰਦਾ ਹੈ ਉੱਥੇ ਬੁਰਜ ਜੌਨ ਸਿੰਘ ਤੇ ਜੀਵਨ ਸਿੰਘ ਦੇ ਨਾਮ ਤੇ ਹੈ ਜੀ ਉਹ ਉੱਥੇ ਗੁਰਸਥਾਨ ਇੱਕ ਗੁਰਦੁਆਰਾ ਸਾਹਿਬ ਤਾੜੀ ਸਾਹਿਬ ਤੇ ਗੁਰੂ ਸਾਹਿਬ ਜਦੋਂ ਫਰਿਆਦ ਕਰਨ ਤੋਂ ਪੰਜ ਪਿਆਰਿਆਂ ਤੋਂ ਤੇ ਜਦੋਂ ਗੁਰੂ ਸਾਹਿਬ ਨੇ ਕਿਲਾ ਛੱਡਿਆ ਸੀ ਤੋ ਉਹ ਤੋਂ ਬਾਅਦ ਸਤ ਤਾੜੀ ਮਾਰ ਕੇ ਨਿਕਲ ਕੇ ਗਏ ਸੀਗੇ ਕਿ ਹਿੰਦ ਦਾ ਵੀਰ ਚਲਿਆ ਵੀ ਤੇ ਉਹ ਚੀਜ਼ ਇੱਥੇ ਪੰਜ ਤਕਰੀਬਨ ਸਥਾਨ ਹਨ ਜੀ ਤੇ ਤੁਸੀਂ ਆਓ ਤਾਂ ਇੱਥੇ ਦਰਸ਼ਨ ਕਰ ਸਕਦੇ ਹੋ ਪੰਜ ਸਥਾਨਾਂ ਦੇ ਤੇ ਤੁਹਾਨੂੰ ਬਾਰੀ ਦੇ ਤਰੀਕੇ ਦੇ ਨਾਲ ਅਸੀਂ ਜਿਹੜਾ ਦਰਸ਼ਨ ਕਰਵਾਏ ਹਨ ਜੀ ਇਸ ਥਾਨ ਦੇ ਉੱਪਰ ਸਾਰੀਆਂ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਨਮ ਤੋਂ ਲੈ ਕੇ ਜੋਤੀ ਜੋਤ ਤੱਕ ਮਹਾਰਾਜ ਦੀ ਕੋਸ਼ਿਸ਼ ਰਹੂਗੀ ਆਪਾਂ ਦਰਸ਼ਨ ਕਰਵਾਵਾਂਗੇ ਜੀ ਪਟਨਾ ਤੋਂ ਚੱਲ ਕੇ ਆਪਾਂ ਆਏ ਆਂ ਕਰੀਬਨ 100 ਦੇ ਕਰੀਬਰ ਵੀਡੀਓ ਜਿਹੜੀ ਗੁਰ ਇਤਿਹਾਸ ਦੇ ਉੱਪਰ ਪੈ ਚੁੱਕੀ ਹੈ ਜੀ ਤੁਸੀਂ ਦਰਸ਼ਨ ਕਰ ਸਕਦੇ ਹੋ ਤੁਸੀਂ ਪਹਿਲੀ ਵੀਡੀਓ ਦੇਖ ਰਹੇ ਹੋ ਤਾਂ ਇਹ ਆਪਾਂ ਵਾਰ ਸ਼ਬਦ ਕਿਹਾ ਵੀ ਤਾਂ ਕਰਕੇ ਕੋਈ ਬੰਦਾ ਕੋਈ ਸੰਗਤ ਪਹਿਲੀ ਵਾਰ ਇਹ ਵੀਡੀਓ ਦੇਖਦੀ ਹੈ ਇਸ ਤੋਂ ਪਹਿਲਾਂ ਵੀ ਵੀਡੀਓ ਪੈ ਚੁੱਕੀਆਂ ਹਨ ਜੀ ਤੋਂ ਸੁਝਾਅ ਦੇਣੇ ਨਾ ਭੁੱਲਣਾ ਜੀ ਜੋ ਵੀ ਕੋਈ ਮਨ ਦੇ ਵਿੱਚ ਹੁੰਦਾ ਜੋ ਕੋ ਕੁਮੀ ਰਹਿੰਦੀ ਹੈ ਤਾਂ ਉਹ ਦੱਸਣ ਦੀ ਕੋਸ਼ਿਸ਼ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ